Moscow preparing for likely visit by Modi, says Putin aide. Prime Minister Modi is expected to travel to Moscow in the coming weeks to hold bilateral talks with Russian President Vladimir Putin under the much delayed annual summit mechanism that has been in place since 2000 but suspended for the past 2 years. ਹੁਣ ਪਿਛਲੇ 2-2.5 ਸਾਲ ਜਦੋਂ ਦੀ ਯੂਕਰੇਨ ਦੀ ਜੰਗ ਹੋਈ ਹੈ ਮੋਦੀ ਗਿਆ ਨਹੀਂ ਕਿਉਂਕਿ ਇੱਕ ਖੌਫ ਹੀ ਸੀ ਕਿ ਉਹਨੂੰ ਤਾਂ ਆਈਸੋਲੇਟ ਕੀਤਾ ਹੋਇਆ ਰਸ਼ੀਆ ਦੇ ਖਿਲਾਫ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਕਿ ਅਮਰੀਕਾ ਵੀ ਉਹਨੂੰ ਬੜਾ ਕੀਨਲੀ ਵਾਚ ਕਰੇਗਾ ਕਿਉਂਕਿ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਜਿਹੜਾ ਉਹ ਦਿੱਲੀ 'ਚ ਸੀ ਪਰ ਉਹਨਾਂ ਨੇ ਕਿਹਾ ਜੀ ਈਵਨ ਅਮਰੀਕਨ ਵੀ ਸਮਝਦੇ ਨੇ ਕਿ ਬਈ ਇੰਡੀਆ ਔਰ ਰਸ਼ੀਆ ਦੀ ਰਿਲੇਸ਼ਨਸ਼ਿਪ ਕਿੰਨੀ ਇੰਪੋਰਟੈਂਟ ਹੈ ਚਾਈਨੀਜ਼ ਐਂਬੈਸਡਰ ਸ਼ੂ ਫਿੰਗੋਂਗ meets Jai Shankar. The meeting came days after US lawmakers on India visit called for self-determination for Tibet. ਇਹ ਮੀਟਿੰਗ ਵੀ ਜਿਹੜੀ ਸਾਡੇ ਕੋਲ ਇਨਸਾਈਡ ਜਾਣਕਾਰੀ ਹੈ ਇਹ ਰਸ਼ੀਆ ਨੇ ਫੈਸਿਲੀਟੇਟ ਕੀਤੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਵੱਲੋਂ ਭਾਰਤ ਦੀ ਬਾਂਹ ਮਰੋੜਨ ਦਾ ਨਤੀਜਾ ਹੈ ਕਿ ਮੋਦੀ ਸਰਕਾਰ ਦੀ ਫੂਕ ਪੂਰੀ ਤਰ੍ਹਾਂ ਨਿਕਲੀ ਹੋਈ ਹੈ ਅਤੇ ਉਹ ਆਪਣੇ ਬਚਾਅ ਲਈ ਰੂਸ ਦੇ ਪੈਰੀ ਪੈ ਗਏ ਹਨ ਔਰ ਮੋਦੀ ਦਾ 8 ਜੁਲਾਈ ਨੂੰ ਰੂਸ ਦਾ ਦੌਰਾ ਤੈਅ ਹੋਇਆ ਹੈ। ਸੋ ਜ਼ਾਹਿਰ ਹੈ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਇੱਕ ਵਾਰ ਫਿਰ ਰੂਸ ਦੇ ਆਲੇ ਦੁਆਲੇ ਹੀ ਘੁੰਮਦੀ ਨਜ਼ਰ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਡਿਪਲੋਮੈਟਿਕ ਵਰਲਡ ਦੇ ਵਿੱਚ ਕੁਛ ਜਿਹੜੇ ਸਿਗਨਲ ਨੇ ਉਹ ਇੰਡੀਕੇਸ਼ਨ ਹੁੰਦੀ ਹੈ ਕਿ ਮੁਲਕ ਦੀਆਂ ਨੀਤੀਆਂ ਕਿਸ ਪਾਸੇ ਨੂੰ ਨੇ। ਆਮ ਤੌਰ 'ਤੇ ਜਦੋਂ ਕੋਈ ਪ੍ਰਾਈਮ ਮਿਨਿਸਟਰ ਬਣਦਾ ਹੈ ਜਾਂ ਪ੍ਰੈਜ਼ੀਡੈਂਟ ਬਣਦਾ ਹੈ ਔਰ ਫੋਰਨ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਕਿਸ ਮੁਲਕ ਦਾ ਦੌਰਾ ਕਰਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਮੁਲਕ ਸਭ ਤੋਂ ਜ਼ਿਆਦਾ ਅਹਿਮੀਅਤ ਵਾਲਾ ਹੈ। ਹੁਣ ਹਾਲਾਂਕਿ ਜਦੋਂ ਅਸੀਂ ਨੇਪਾਲ ਜਾਂ ਮਾਲਦੀਵਸ ਵਰਗੇ ਜਿਹੜੇ ਨੇਬਰਿੰਗ ਮੁਲਕ ਨੇ ਨਿੱਕੇ ਨਿੱਕੇ ਇੰਡੀਆ ਦੇ ਉਹਨਾਂ ਦੀਆਂ ਚੋਣਾਂ ਜਾਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦੇ ਪ੍ਰੈਜ਼ੀਡੈਂਟਸ ਦੀ ਗੱਲ ਦੇਖਦੇ ਸੀ ਕਿ ਵੀ ਹੋਣ ਤੋਂ ਬਾਅਦ ਉਹ ਪਹਿਲਾ ਦੌਰਾ ਇੰਡੀਆ ਦਾ ਕਰਦੇ ਸੀ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਇੰਡੀਆ ਦੀ ਸਰਦਾਰੀ ਕਬੂਲਦੇ ਹਾਂ ਔਰ ਬਾਕੀ ਪਾਸੇ ਹੋਰ ਹੁੰਦਾ। ਪਰ ਜਦੋਂ ਨੇਪਾਲ ਇੰਡੀਆ ਦੀ ਚੁੰਗਲ 'ਚੋਂ ਨਿਕਲਿਆ ਅਤੇ ਉਸਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਚੀਨ ਦਾ ਦੌਰਾ ਕੀਤਾ ਮਿਸਟਰ ਆਇਲੀ ਨੇ ਔਰ ਉਦੋਂ ਬਹੁਤ ਇਸ ਦੀ ਚਰਚਾ ਹੋਈ ਕਿ ਵੀ ਇਹ ਔਰਬਿਟ 'ਚੋਂ ਨਿਕਲ ਗਿਆ। ਹੁਣੇ ਕੁਛ ਸਮਾਂ ਪਹਿਲਾਂ ਮਾਲਦੀਵਸ ਦਾ ਪ੍ਰੈਜ਼ੀਡੈਂਟ ਜਿਹੜਾ ਪ੍ਰੋ ਇੰਡੀਆ ਪ੍ਰੈਜ਼ੀਡੈਂਟ ਨੂੰ ਹਰਾ ਕੇ ਪ੍ਰੈਜ਼ੀਡੈਂਟ ਬਣਿਆ ਉਹਨੇ ਪਹਿਲਾ ਦੌਰਾ ਚਾਈਨਾ ਦਾ ਕੀਤਾ ਔਰ ਹਾਲਾਂ ਹੁਣ ਮੋਦੀ ਦੇ ਸਹੁੰ ਚੁੱਕ ਵੇਲੇ ਉਹ ਆਇਆ ਲੇਕਿਨ ਦੌਰਾ ਉਹਨੇ ਬਣਨ ਤੋਂ ਬਾਅਦ ਔਰ ਉਹਦੇ 'ਚ ਇਹ ਆਇਆ ਕਿ ਵੀ ਮਾਲਦੀਵਸ ਨਿਕਲ ਗਿਆ ਔਰ ਕਦਾ ਨਿਕਲਿਆ ਹੀ ਨਹੀਂ ਉਹਨਾਂ ਨੇ ਇੰਡੀਆ ਦੇ ਉੱਥੋਂ ਹੈਲੀਕਾਪਟਰ ਵਗੈਰਾ ਦੇ ਨਾਂ ਥੱਲੇ ਜੋ ਉਹਨਾਂ ਨੇ ਆਪਣੇ ਇੰਟੈਲੀਜੈਂਸ ਵਾਲੇ ਭੇਜੇ ਸੀ ਉਹ ਪਹਿਲਾਂ ਯੂਨੀਫਾਰਮਡ ਸੀ ਫਿਰ ਸਿਵਲ 'ਚ ਭੇਜਿਓ ਸਭ ਉੱਥੋਂ ਚੁਕਾ ਦਿੱਤੇ। ਸੋ ਇਹ ਮੈਟਰ ਕਰਦਾ ਹੁੰਦਾ ਜਿਵੇਂ ਪਾਕਿਸਤਾਨ ਦਾ ਜਦੋਂ ਵੀ ਕੋਈ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜਿਹੜਾ ਬਣਦਾ ਪ੍ਰਾਈਮ ਮਿਨਿਸਟਰ ਖਾਸ ਤੌਰ 'ਤੇ ਕਿਉਂਕਿ ਡੈਮੋਕ੍ਰੈਟਿਕ ਸਿਸਟਮ ਹੈ ਸੋ ਸਭ ਤੋਂ ਪਹਿਲਾਂ ਸਾਊਦੀ ਅਰੇਬੀਆ ਜਾਂਦਾ ਫਿਰ ਚੀਨ ਦੇ ਨਾਲ ਜੁੜਿਆ ਹੁੰਦਾ ਕਿਉਂਕਿ ਸਾਊਦੀ ਅਰੇਬੀਆ ਬਰਾਦਰ ਹੈ ਮਜ਼ਹਬੀ ਤੌਰ ਦੇ ਉੱਤੇ ਔਰ ਚਾਈਨਾ ਨੂੰ ਇਹ ਮੈਸੇਜ ਹੁੰਦਾ ਕਿ ਭਾਈ ਸਾਡੀ ਦੋਸਤੀ ਸਮੁੰਦਰ ਤੋਂ ਗਹਿਰੀ ਅਤੇ ਪਹਾੜਾਂ ਤੋਂ ਉੱਚੀ। ਇਹ ਮੈਂ ਬੈਕਗਰਾਊਂਡ ਇਸ ਲਈ ਦੇ ਰਿਹਾ ਕਿ ਵੀ ਜਿਹੜਾ ਵਰਤਾਰਾ 2014 ਦੇ ਵਿੱਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਅਤੇ ਅਸੀਂ ਤੇਜ਼ੀ ਦੇ ਨਾਲ ਇਹ ਦੇਖਿਆ ਕਿ ਵੀ
ਜਿਹੜਾ ਇੱਕ ਤਾਂ ਵੈਸੇ ਵੀ ਜਿਹੜੀ ਬੀਜੇਪੀ ਦੀ ਲਾਈਨ ਜਾਂ ਉਸ ਤੋਂ ਪਹਿਲਾਂ ਭਾਰਤੀ ਜਨਸੰਘ ਦੀ ਰਹੀ ਉਹ ਪੂੰਜੀਵਾਦ ਵਾਲੀ ਰਹੀ, ਪ੍ਰੋ ਅਮੈਰੀਕਾ ਸੀਗੇ, ਔਰ ਜਿਹੜੀ ਸੋਸ਼ਲਿਸਟ ਰਜੀਮ ਨਹਿਰੂ ਦੀ ਜਾਂ ਬਾਅਦ ਦੇ ਵਿੱਚ ਇੰਦਰਾ ਗਾਂਧੀ, ਇਹ ਸਾਰੇ ਪ੍ਰੋ ਰਸ਼ੀਆ, USSR ਔਰ KGB ਦੇ ਥੱਲੇ ਹੀ ਇਹ ਕੰਮ ਕਰਨ ਵਾਲੇ ਲੋਕ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਵੀ ਜਿਹੜੀ 10 ਸਾਲ ਇਹਨਾਂ ਦੀ ਵਿਦੇਸ਼ ਨੀਤੀ ਰਹੀ ਕਿ ਵੀ ਇਹਨਾਂ ਨੇ ਰਸ਼ੀਆ ਨਾਲੋਂ ਹੌਲੀ ਹੌਲੀ ਪਾਸਾ, ਰਸ਼ੀਆ ਚਾਈਨਾ ਦੇ ਬਹੁਤ ਨੇੜੇ ਹੋ ਗਿਆ, ਚਾਈਨਾ ਨੇ 2020 ਜਿਹਨਾਂ ਨੂੰ ਗਲਵਾਨ ਦੇ ਵਿੱਚ ਦੱਬ ਲਿਆ, 4,000 ਤੋਂ ਜ਼ਿਆਦਾ ਸਕੇਅਰ ਕਿਲੋਮੀਟਰ ਇਹਨਾਂ ਦੀ ਟੈਰੀਟਰੀ ਲੈ ਲਈ, ਔਰ ਫਿਰ ਇਹਨਾਂ ਨੇ ਰਸ਼ੀਆ ਨੂੰ ਵਰਤਿਆ ਚਾਈਨਾ ਨੂੰ ਠੰਡਾ ਕਰਨ ਲਈ, ਦੋਨੋਂ ਵਾਰ ਜਿਹੜੇ ਸੀਜ਼ ਫਾਇਰ ਦੀ ਲਾਈਨ ਆਈ ਉਹ ਉਹਦੇ 'ਚੋਂ ਨਿਕਲੀ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਔਰ ਫਿਰ ਪ੍ਰੋ ਅਮੈਰੀਕਾ ਕੁਆਡ ਦਾ ਹਿੱਸਾ ਬਣਿਆ, ਆਸਟ੍ਰੇਲੀਆ, UK, ਅਮੈਰੀਕਾ ਔਰ ਇੰਡੀਆ, ਲੌਜਿਸਟਿਕਸ, ਸਾਊਥ ਚਾਈਨਾ ਸੀ ਦੂਜੇ ਤੀਜੇ, ਲੇਕਿਨ 2-2.5 ਸਾਲ ਪਹਿਲਾਂ ਇਹ ਬਦਲਣਾ ਸ਼ੁਰੂ ਹੋ ਗਿਆ ਟ੍ਰੈਂਡ। ਯੂਕਰੇਨ ਵਾਰ ਨੇ ਰੰਗ ਦਿਖਾਇਆ, ਜਦੋਂ ਰੂਸ ਹਮਲਾਵਰ ਸੀ ਭਾਰਤ ਨੇ ਕਦੇ ਕੰਡੈਮ ਨਹੀਂ ਕੀਤਾ ਕਿ ਯੂਕਰੇਨ ਦੀ ਸੋਵਰਨਿਟੀ ਵਾਇਲੇਟ ਕਰ ਰਿਹਾ ਰਸ਼ੀਆ, ਔਰ ਭਾਰਤ ਨੇ UN ਸਿਕਿਉਰਿਟੀ ਕੌਂਸਲ ਹੋਏ, UN ਜਨਰਲ ਅਸੈਂਬਲੀ ਹੋਏ, ਉਹਦੇ 'ਚ ਉਹ ਸਾਰੇ ਰੈਜ਼ੋਲਿਊਸ਼ਨ ਰੋਕੇ ਜਿੱਥੇ ਵੀ ਉਹ ਰੋਕ ਸਕਦਾ ਸੀ। ਔਰ ਇਕੱਲਾ ਇਹੀ ਨਹੀਂ, ਜੇ ਅਮਰੀਕਾ ਨੇ ਔਰ ਨੈਟੋ ਨੇ ਇਕਨੋਮਿਕਲ ਸੈਂਕਸ਼ਨਸ ਲਾਈਆਂ ਰੂਸ ਦੇ ਉੱਤੇ, ਭਾਰਤ ਨੇ 300 ਗੁਣਾ ਜ਼ਿਆਦਾ ਤੇਲ, ਕਰੂਡ ਆਇਲ ਖਰੀਦਿਆ, ਔਰ ਜਿੱਥੇ $2 ਬਿਲੀਅਨ ਦੀ ਟ੍ਰੇਡ ਸੀ ਇੰਡੀਆ ਔਰ ਰਸ਼ੀਆ ਦੇ ਵਿਚਾਲੇ, ਉਹ ਆਲਮੋਸਟ $22 ਬਿਲੀਅਨ ਦੀ ਹੋਈ। ਇਸ ਲਈ ਨਹੀਂ ਕਿ ਉਹਦੀਆਂ ਆਪਣੀਆਂ ਲੋੜਾਂ ਲਈ ਉਹਨੇ ਕਰੂਡ ਆਇਲ ਇੰਨਾ ਖਰੀਦਿਆ, ਉਹਨੂੰ ਰਿਫਾਈਨ ਕਰਕੇ ਵਾਪਸ ਯੂਰਪ ਦੀ ਮਾਰਕੀਟ ਦੇ ਵਿੱਚ ਸੁੱਟਿਆ। ਨਤੀਜੇ ਦੇ ਤੌਰ ਦੇ ਉੱਤੇ ਜਿਹੜੀਆਂ ਸੈਂਕਸ਼ਨ ਸੀ ਉਹ ਫੇਲ ਹੋਈਆਂ, ਰਾਦਰ ਰਸ਼ੀਆ ਦੀ ਇਕੋਨਮੀ ਇਸ 2-2.5 ਸਾਲ ਦੀ ਇਸ ਜੰਗ ਦੇ ਦੌਰਾਨ ਹੋਰ ਬੂਮ ਹੋਈ। ਇਹਨੇ ਅਮੈਰੀਕਾ ਨੂੰ ਐਂਗਰ ਕੀ, ਕਿਉਂਕਿ ਅਮੈਰੀਕਾ ਨੇ ਬਹੁਤ ਪੀਰੀਅਡ ਪਹਿਲਾਂ ਤੋਂ, ਜੂਨੀਅਰ ਬੁਸ਼ ਦੇ ਸਮਾਂ ਜਦੋਂ ਇੰਡੋ US ਨਿਊਕਲੀਅਰ ਡੀਲ ਹੋਈ ਸੀ ਬੁਸ਼ ਦੇ ਨਾਲ, ਉਸ ਪੀਰੀਅਡ ਦੇ ਵਿੱਚ ਹੀ, ਉਸ ਤੋਂ ਪਹਿਲਾਂ ਈਵਨ ਦੂਸਰੇ ਪੀਰੀਅਡ 'ਚ ਟਰਨ 9/11 ਤੋਂ ਬਾਅਦ ਹੀ ਅਮਰੀਕਾ ਦਾ ਟੂਵਰਡਸ ਇੰਡੀਆ ਸ਼ੁਰੂ ਹੋ ਗਿਆ ਸੀ, ਔਰ ਇੰਡੀਆ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਰਸ਼ੀਆ ਤਾਂ 3rd-rate ਪਾਵਰ ਬਣ ਗਈ ਹੈ, ਅਤੇ ਉਹ ਵੀ ਹਟ ਕੇ ਇੱਧਰ ਪੂਰਾ ਅਮਰੀਕਾ ਦੇ ਨਾਲ ਉਹ ਸ਼ੁਰੂ ਹੋ ਗਿਆ ਸੀ। ਇਸ ਦੇ ਉੱਤੇ ਪਹਿਲਾਂ ਬ੍ਰੇਕਾਂ ਲੱਗੀਆਂ, ਹੁਣ ਰਿਵਰਸ ਸ਼ੁਰੂ ਹੋ ਗਿਆ, ਔਰ ਇਹ ਖਬਰ ਇਸ ਲਈ ਅਹਿਮੀਅਤ ਵਾਲੀ ਹੈ ਕਿ ਮੋਦੀ ਜਿਹੜਾ ਕਿ ਜਿਹਦੀ ਫੂਕ ਹੁਣ ਨਿਕਲੀ ਹੋਈ ਹੈ, ਡੀਫਲੇਟਿਡ ਹੈ ਔਲਰੇਡੀ, 240 ਸੀਟਾਂ ਮਿਲੀਆਂ ਨੇ, ਐਬਸੋਲੂਟ ਮੈਜੋਰਿਟੀ ਵੀ ਨੇ, 400 ਪਾਰ ਤਾਂ ਦੂਰ ਦੀ ਗੱਲ, ਔਰ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਵਿੱਚ ਜਿਹੜਾ ਰੰਗੇ ਹੱਥੀਂ ਹੈ ਫੜੇ ਹੋਏ ਨੇ, ਅਮਰੀਕਾ ਨੇ ਜਿਵੇਂ ਬਾਂਬ ਰੋੜੀ, ਔਰ ਅਸੀਂ ਹੁਣੇ ਹੀ ਜ਼ਿਕਰ ਕਰਕੇ ਹਟੇ ਕਿ ਕਿਵੇਂ ਮਿਸਟਰ ਕੈਂਬਲ, ਡੈਪਟੀ ਸੈਕਟਰੀ ਆਫ ਸਟੇਟ, ਨੇ ਬਰੀਫ ਕੀਤਾ ਕਿ ਅਸੀਂ ਕਿਵੇਂ ਇੰਡੀਆ JK Sullivan ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਗਏ, ਔਰ ਸਿੱਧੇ ਤੌਰ ਦੇ ਉੱਤੇ ਵਿਦ ਦਾ ਟੌਪ ਇਹ ਕਿਹਾ ਵੀ ਅਕਾਊਂਟੇਬਿਲਟੀ, ਔਰ ਇਹ ਤੁਹਾਡਾ ਰਿਫੋਰਮ ਇੰਸਟੀਟਿਊਸ਼ਨਸ ਦਾ, ਔਰ ਇਹ ਦੱਸੋ ਵੀ ਕੀ ਤੁਸੀਂ ਤੁਹਾਡੀ ਕਮੇਟੀ ਨੇ ਕੀ ਕੱਢਿਆ। ਹੁਣ ਇਹਨਾਂ ਹਾਲਾਤਾਂ 'ਚ ਇਹ ਬਹੁਤ ਪੈਣਾ, ਤੁਹਾਨੂੰ SJ Shankar ਜਦੋਂ ਦਾ ਦੁਬਾਰਾ ਵਿਦੇਸ਼ ਮੰਤਰੀ ਬਣਿਆ ਮੈਨੂੰ ਤਾਂ ਨਜ਼ਰ ਨਹੀਂ ਆਇਆ, ਨਹੀਂ ਤਾਂ ਮੈਂ ਉਹਦਾ ਚਿਹਰਾ ਦੇਖਦੇ ਹਾਂ ਕਿ ਬਈ ਕੌਂਸਟੀਪੇਟਿਡ ਹੈ, ਕਰੋਨਿਕ ਕੌਂਸਟੀਪੇਸ਼ਨ ਹੈ, ਮੂੰਹ ਉਹਨੇ ਕਿਵੇਂ ਬਣਾਇਆ ਹੁੰਦਾ ਸੀ, ਔਰ ਇਵੇਂ ਕਰ ਰਿਹਾ ਹੁੰਦਾ ਸੀ ਅਸੀਂ ਵਿਸ਼ਵ ਗੁਰੂ ਹੈ, ਔਰ ਯੂਰਪ ਨੇ ਇਹ ਕੀਤਾ, ਔਰ ਜਦੋਂ ਉਹਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਰਸ਼ੀਆ ਦੇ ਨਾਲ ਇਹ ਕਰ ਰਹੇ ਹੋ, ਤਾਂ ਉਹਨਾਂ ਨੇ ਕਹਿਣਾ ਕਿ ਜੀ ਇਹ ਸਾਡੀ ਇੰਡੀਪੈਂਡੈਂਟ ਨੀਤੀ ਆ, ਅਸੀਂ ਕਿਸੇ ਦੇ ਗੁਲਾਮ ਨਹੀਂ। ਪਰ ਅਚਾਨਕ ਐਸਾ ਕੀ ਹੈ ਕਿ ਵੀ ਇਹਨਾਂ ਦਾ ਉਹ ਸਾਰਾ ਫੂਕ ਤਾਂ ਨਿਕਲੀ ਹੈ, ਔਰ ਇਹ ਜਿਹੜੀਆਂ ਖਬਰਾਂ ਕਿ ਬਈ ਮੋਦੀ ਪਹਿਲਾ ਦੌਰਾ ਜਿਹੜਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ, ਹਾਲਾਂ
ਅਦਰਵਾਈਜ਼ ਤਾਂ ਕਾਨਫਰੰਸ ਦੇ ਵਿੱਚ ਗਿਆ, ਇਟਲੀ 'ਚ ਉਹ ਦੌਰਾ ਨਹੀਂ ਹੁੰਦਾ। ਤਾਂ ਆਫੀਸ਼ੀਅਲ ਇੱਕ ਰੋਜ਼ਾ ਦੌਰਾ 8 ਜੁਲਾਈ ਨੂੰ ਮੋਦੀ ਰਸ਼ੀਆ ਦਾ ਕਰ ਰਿਹਾ, ਔਰ ਇਹਦੀ ਬਰੀਫਿੰਗ ਉਹਨਾਂ ਦੀ ਆਪਣੀ ਮਿਨਿਸਟਰੀ ਦੇ ਲੈਵਲ 'ਤੇ ਘੱਟ ਹੋ ਰਹੀ ਹੈ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਮੀਡੀਆ ਨੂੰ ਕਿਹਾ, 4 ਖਬਰਾਂ ਜੇ ਮੈਂ ਹੈੱਡਲਾਈਨ ਦੇ ਤੌਰ 'ਤੇ ਦੇਖਦਾ ਕਿ ਵੀ ਇਸ ਦੇ ਉੱਤੇ ਆਉਂਦਾ, ਮੋਸਕੋ ਪ੍ਰਪੇਅਰਿੰਗ ਫੋਰ ਲਾਈਕਲੀ ਵਿਜ਼ਿਟ ਬਾਈ ਮੋਦੀ ਸੇਜ਼ ਪੁਤਿਨ ਏਡ। ਹੁਣ ਪੁਤਿਨ ਦਾ ਏਡ ਇੱਕ ਬਰੀਫ ਕਰ ਰਿਹਾ ਕਿ ਵੀ ਇਹ ਜਿਹੜਾ ਅਸੀਂ ਤਿਆਰੀ ਕਰ ਰਹੇ ਹਾਂ, ਇਨ ਵਟ ਕੁਡ ਬੀ ਇਜ਼ ਫਸਟ ਵਿਜ਼ਿਟ ਸਿੰਸ ਯੂਕਰੇਨ ਵਾਰ ਬਿਗਿਨ। ਹੁਣ ਪਿਛਲੇ 2-2.5 ਸਾਲ ਜਦੋਂ ਦੀ ਯੂਕਰੇਨ ਦੀ ਜੰਗ ਹੋਈ ਹੈ, ਮੋਦੀ ਗਿਆ ਨਹੀਂ, ਕਿਉਂਕਿ ਇੱਕ ਖੌਫ ਵੀ ਸੀ ਕਿ ਉਹਨੂੰ ਤਾਂ ਆਈਸੋਲੇਟ ਕੀਤਾ ਹੋਇਆ, ਰਸ਼ੀਆ ਦੇ ਖਿਲਾਫ ਸੈਂਕਸ਼ਨਸ ਲੱਗੀਆਂ ਹੋਈਆਂ ਨੇ। ਹੁਣ ਮੋਦੀ ਨੂੰ ਬਣਨ ਤੋਂ ਬਾਅਦ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਮੋਦੀ ਇਜ਼ ਐਕਸਪੈਕਟਡ ਟੂ ਟਰੈਵਲ ਟੂ ਮਾਸਕੋ ਇਨ ਦਾ ਕਮਿੰਗ ਵੀਕਸ ਟੂ ਹੋਲਡ ਬਾਈਲੇਟਰਲ ਟਾਕਸ ਵਿਦ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮਿਰ ਪੁਤਿਨ ਅੰਡਰ ਦਾ ਮੱਚ ਡਿਲੇਡ ਐਨੂਅਲ ਸਮਿਟ ਮੈਕੇਨਿਜ਼ਮ ਦੈਟ ਹੈਜ਼ ਬਿਨ ਇਨ ਪਲੇਸ ਸਿੰਸ 2000 ਬਟ ਸਸਪੈਂਡਡ ਫੋਰ ਦਾ ਪਾਸਟ 2 ਈਅਰ। ਹੁਣ 2000 ਤੋਂ ਜਿਹੜਾ ਵੀ ਇਹਨਾਂ ਨੇ ਕੋਈ ਡੈਕੋਰਮ ਜਾਂ ਮੈਕੇਨਿਜ਼ਮ ਰਸ਼ੀਆ ਨਾਲ ਬਣਾਇਆ ਹੋਏਗਾ ਉਹ ਫੋਲੋ ਹੁੰਦਾ ਰਿਹਾ, ਪਰ 2 ਸਾਲ ਤੋਂ ਜਦੋਂ ਤੋਂ ਯੂਕਰੇਨ ਦਾ ਇਹ ਕ੍ਰਾਈਸਿਸ ਚੱਲ ਰਿਹਾ, ਇਹ ਡਰਦਿਆਂ ਹੀ ਵੀ ਅਮਰੀਕਾ ਨਾਲ ਨਾਰਾਜ਼ ਹੋ ਜਾਏ ਨਹੀਂ ਸੀਗੇ, ਹੁਣ ਉਹ ਆਪਣੀ ਫਸਟ ਵਿਜ਼ਿਟ ਜਿਹੜੀ ਹੈ ਉਹ ਕਰਨ ਜਾ ਰਿਹਾ। ਮੇਨ ਖਬਰ ਇਹ ਹੈ, ਹੁਣ ਅਸੀਂ ਜਦੋਂ ਇਹਨੂੰ ਮੀਡੀਆ ਦੇ ਦੂਸਰੇ ਪੱਖ ਤੋਂ ਦੇਖਦੇ ਹਾਂ, ਟ੍ਰਿਬਿਊਨ ਦੇ ਨਾਲ ਉਹਨਾਂ ਦੇ ਜਿਹੜਾ ਫੋਰਨ ਮਿਨਿਸਟਰ ਹੈ ਉਹਨੇ ਇੰਟਰਵਿਊ ਦਿੱਤਾ ਹੈ ਉਹਨੂੰ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮਿਰ ਪੁਟਿਨ ਲਾਈਕਲੀ ਟੂ ਇੰਕ ਵਿਜ਼ਨ ਪੇਪਰ ਟੂ ਡਿਸਕਸ ਰੀਜਨਲ ਟਾਈਜ਼, ਕਿ ਜੀ ਇਹ ਜਦੋਂ ਹੁਣ ਜਾਏਗਾ 8 ਜੁਲਾਈ ਨੂੰ, ਔਰ ਉੱਥੇ ਜਾ ਕੇ ਉਹ ਜਿਹੜਾ ਵਿਜ਼ਨ ਪੇਪਰ ਹੈ ਉਹ ਡਿਸਕਸ ਕਰੇਗਾ, ਔਰ ਇਸ ਦੇ ਉੱਤੇ ਈਵਨ ਉਹਨਾਂ ਦੇ ਰਸ਼ੀਅਨ ਕੈਪੀਟਲ 'ਚ ਇੱਕ ਦਿਨ ਦੀ ਉਹਦੀ ਵਿਜ਼ਿਟ ਹੈ, ਇਸ ਨੂੰ ਉਹਨਾਂ ਦੀ ਫੋਰਨ ਮਿਨਿਸਟਰੀ ਬਰੀਫ ਕਰ ਰਹੀ ਹੈ। ਐਕਸਕਲੂਸਿਵ ਇੰਟਰਵਿਊ ਦਾ ਟ੍ਰਿਬਿਊਨ ਇਨ ਦਾ ਆਫਿਸ ਰਸ਼ੀਅਨ ਮਿਨਿਸਟਰੀ ਆਫ ਫੋਰਨ ਅਫੇਅਰਸ ਇਨ ਮਾਸਕੋ ਰਸ਼ੀਅਨ ਪੁਆਇੰਟ ਪਰਸਨ ਫਾਰ ਸਾਊਥ ਏਸ਼ੀਆ ਜ਼ਮੀਰ ਕਾਬੁਲੋਵ, ਉਹ ਸੀ ਸੈਡ ਰਸ਼ੀਆ ਇਜ਼ ਲੁਕਿੰਗ ਫਾਰਵਰਡ ਟੂ ਵੈਲਕਮਿੰਗ ਯੋਰ ਪ੍ਰਾਈਮ ਮਿਨਿਸਟਰ ਮੋਦੀ, ਵੀ ਬਿਲੀਵ ਇਟ ਬਿਲੀਵ ਏ ਵੈਰੀ ਇੰਪੋਰਟੈਂਟ ਮੀਟਿੰਗ ਬਿਟਵੀਨ ਦਾ ਟੂ ਲੀਡਰਸ। ਹੁਣ ਇਹ ਉਹਨੂੰ ਬਰੀਫ ਕਰ ਰਿਹਾ ਟ੍ਰਿਬਿਊਨ ਨੂੰ। ਔਨ ਦਾ ਮਾਰਜਨ ਜਿਹੜਾ ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜੀਆਂ ਪ੍ਰਿਮਾਕੋਵ ਰੋਡਿੰਗਸ ਦੇ ਵਿੱਚ ਸਮਿਟ ਆਫ ਆਈਡੀਆਜ਼ ਇੰਟੈਲੈਕਚੁਅਲ ਔਰਗਨਾਈਜ਼ ਰਸ਼ੀਆ ਦੀ ਪ੍ਰੈਸਟੀਜੀਅਸ ਇੰਸਟੀਚਿਊਟ ਕੋਈ ਗਲੋਬਲ ਇਕਾਨਮੀ ਐਂਡ ਇੰਟਰਨੈਸ਼ਨਲ ਰਿਲੇਸ਼ਨਸ ਇਨ ਮਾਸਕੋ, ਉਹਨਾਂ ਦਾ ਪ੍ਰੈਜ਼ੀਡੈਂਟ ਵੀ ਇਹ ਕਹਿ ਰਿਹਾ ਅਲੈਗਜ਼ੈਂਡਰ ਡੈਨਕਿਨ ਸੈਟ, ਇਟ ਇਜ਼ ਸਿਗਨੀਫਿਕੈਂਟ ਦੈਟ ਇੰਡੀਆਜ਼ ਪ੍ਰਾਈਮ ਮਿਨਿਸਟਰ ਇਜ਼ ਚੂਜ਼ਿੰਗ ਰਸ਼ੀਆ ਫੋਰ ਹਿਸ ਫਸਟ ਬਾਈਲੇਟਰਲ ਵਿਜ਼ਿਟ ਅਬਰੋਡ ਆਫਟਰ ਹੀ ਵਾਜ਼ ਇਲੈਕਟਡ ਦਾ ਪ੍ਰਾਈਮ ਮਿਨਿਸਟਰ ਫੋਰ ਦਾ 3rd ਟਾਈਮ। ਉਹਨੂੰ ਕਿਹਾ ਜੀ ਸਾਡੇ ਲਈ ਬੜੀ ਫਖਰ ਵਾਲੀ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਤੋਂ ਬਣਨ ਤੋਂ ਬਾਅਦ ਉਹ ਆਪਣੀ ਪਹਿਲੀ ਵਿਜ਼ਿਟ ਲਈ ਰਸ਼ੀਆ ਨੂੰ ਚੁਣ ਰਿਹਾ। ਉਹਨੇ ਕਿਹਾ ਜੀ ਅਮਰੀਕਾ ਵੀ ਉਹਨੂੰ ਬੜਾ ਕੀਨਲੀ ਵਾਚ ਕਰੇਗਾ, ਕਿਉਂਕਿ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਜਿਹੜਾ ਉਹ ਦਿੱਲੀ 'ਚ ਸੀ, ਔਰ ਉਹਦੇ 'ਚ ਉਹਨਾਂ ਨੇ ਇਹ ਦੇਖਿਆ ਕਿ ਭਾਈ ਇਹ ਜਿਹੜਾ ਇੰਡੀਆ ਕਿਤੇ ਰਸ਼ੀਆ ਵੱਲ ਤਾਂ ਨਹੀਂ ਚੁੱਕ ਰਿਹਾ। ਪਰ ਉਹਨਾਂ ਨੇ ਕਿਹਾ ਜੀ ਈਵਨ ਅਮਰੀਕਨ ਵੀ ਸਮਝਦੇ ਨੇ ਕਿ ਬਈ ਇੰਡੀਆ ਔਰ ਰਸ਼ੀਆ ਦੀ ਰਿਲੇਸ਼ਨਸ਼ਿਪ ਕਿੰਨੀ ਇੰਪੋਰਟੈਂਟ ਹੈ। ਫਿਰ ਇਹ ਸਾਰਾ ਵੀ ਕਿਵੇਂ ਚੀਪ ਰਸ਼ੀਅਨ ਆਇਲ ਉਹਨੇ ਬਾਏ ਕੀਤਾ ਇੰਡੀਆ ਨੇ, ਔਰ ਕਿਵੇਂ ਜਿਹੜਾ ਇਹ ਸਾਰੇ ਨੂੰ ਵੇਚਿਆ। ਹੁਣ ਇਸ ਸਾਰੇ ਤੋਂ ਇੱਕ ਪਾਰਟ ਅਸੀਂ ਇਹ ਵੀ ਦੇਖਦੇ ਹਾਂ ਵੀ ਇਕੱਲਾ ਇਹੀ ਨਹੀਂ ਕਿ ਰਸ਼ੀਆ ਦੇ ਦੌਰੇ 'ਤੇ ਜਾ ਰਿਹਾ। ਹੁਣ ਪਿਛਲੇ ਪੀਰੀਅਡ 'ਚ ਉਹ ਚਾਈਨਾ ਜਿਹਨੂੰ ਹਮਲਾਵਰ ਦੱਸ ਕੇ, ਹੂੰ ਚਾਈਨਾ ਲਫਜ਼ ਨਹੀਂ ਕਹਿੰਦੇ, ਲੇਕਿਨ ਉਹ ਐਸ ਜੈ ਸ਼ੰਕਰ ਤੋਂ ਜਿਹੜਾ ਉਹ ਨੋਰਮਲ ਨਹੀਂ, ਹੁਣ ਚਾਈਨਾ ਦਾ ਐਂਬੈਸਡਰ ਜਿਹੜਾ
ਉਹ ਇਸ ਚਾਈਨੀਜ਼ ਐਂਬੈਸਡਰ ਸ਼ੂ ਫਿੰਗੋਂਗ ਮੀਟਸ ਜੈਸ਼ੰਕਰ ਦਾ ਮੀਟਿੰਗ ਕੇਮ ਡੇਜ਼ ਆਫਟਰ ਯੂ ਐਸ ਲਾਅ ਮੇਕਰਸ ਔਨ ਇੰਡੀਆ ਵਿਜ਼ਿਟ ਕਾਲਡ ਫਾਰ ਸੈਲਫ ਡਿਟਰਮੀਨੇਸ਼ਨ ਫਾਰ ਤਿੱਬਤ। ਉਹਨਾਂ ਨੇ ਕਿਹਾ ਜੀ ਹੁਣ ਈਵਨ ਚਾਈਨੀਜ਼ ਐਂਬੈਸਡਰ ਮਿਸਟਰ ਯੂ ਫਾਈਕੋਂਗ ਜਿਹੜਾ ਦਿੱਲੀ 'ਚ ਹੈ ਉਹਨੇ ਐਸ ਜੈਸ਼ੰਕਰ ਨੂੰ ਮਿਲਿਆ ਔਰ ਇਹ ਮੀਟਿੰਗ ਵੀ ਜਿਹੜੀ ਸਾਡੇ ਕੋਲ ਇਨਸਾਈਡ ਜਾਣਕਾਰੀ ਹੈ ਇਹ ਰਸ਼ੀਆ ਨੇ ਫੈਸਿਲੀਟੇਟ ਕੀਤੀ ਹੈ। ਹੁਣ ਰਸ਼ੀਆ ਨੂੰ ਨਜ਼ਰ ਆ ਗਿਆ ਵੀ ਅਮਰੀਕਾ ਨੇ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਇਹਨਾਂ ਨੂੰ ਘੇਰ ਲਿਆ ਔਰ ਆਲਰੇਡੀ ਰਸ਼ੀਆ ਸਮਝਦਾ ਸੀ ਵੀ ਸਾਡੇ ਚੁੰਗਲ 'ਚੋਂ ਨਿਕਲ ਕੇ ਅਮਰੀਕਾ 'ਚ ਜਾ ਰਿਹਾ ਔਰ ਉਹਨਾਂ ਨੇ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਦੋਨੋਂ ਵਾਰ ਜਿਹੜੇ ਸਮਝੌਤੇ ਹੋਏ ਚਾਈਨਾ ਦੇ ਨਾਲ ਗਲਿਵਾਨ 2020 ਵੀ ਔਰ ਸੈਕਿੰਡ ਟਾਈਮ ਵੀ ਉਹ ਰਸ਼ੀਆ ਦੀ ਮੀਡੀਏਸ਼ਨ ਸੀ। ਸੋ ਇੰਡੀਆ ਨੂੰ ਰਸ਼ੀਆ ਕਹਿ ਰਿਹਾ ਕਿ ਵੀ ਚੀਨ ਨਾਲ ਆਪਣੇ ਸੰਬੰਧ ਨੋਰਮਲ ਕਰੋ, ਇਸ ਲਈ ਰਸ਼ੀਅਨ ਐਂਬੈਸਡਰ ਨੂੰ ਮਿਲਣ ਦਾ ਫੋਰਨ ਟਾਈਮ ਦਿੱਤਾ ਔਰ ਇੱਕ ਜਿਹੜੇ ਤਿੰਨ ਨੁਕਤੇ ਜੇ ਸਾਨੂੰ ਵੀਰ ਨੇ ਭੇਜੇ ਕਿ ਵੀ ਤਿੰਨ ਵੱਡੇ ਕਾਰਨ ਇਸ ਤੋਂ ਇਲਾਵਾ ਜਿਹੜਾ ਅਸੀਂ ਕੀਤਾ ਵੀ ਮੋਦੀ ਦੀ ਵਿਜ਼ਿਟ ਦੇ, ਰਸ਼ੀਆ ਇਜ਼ ਇੰਡੀਆਜ਼ ਮੋਸਟ ਡਿਪੈਂਡੇਬਲ ਸੋਰਸ ਆਫ ਐਨਰਜੀ ਡਿਫੈਂਸ ਐਂਡ ਰੈਸਟ੍ਰਿਕਟਿਵ ਟੈਕਨੋਲੋਜੀਜ਼, ਸਭ ਤੋਂ ਡਿਪੈਂਡੇਬਲ ਉਹ ਹੈ। ਇਸ ਲਈ ਮੋਦੀ ਇਹ ਕਹਿ ਰਿਹਾ ਕਿ ਜੀ ਅਸੀਂ ਬਾਜ਼ ਆਏ ਅਮਰੀਕਾ ਤੋਂ, ਅਸੀਂ ਚੱਲਦੇ ਹਾਂ ਰਸ਼ੀਆ ਵੱਲ। ਰਸ਼ੀਆ ਇਜ਼ ਇੰਡੀਆਜ਼ ਸ਼ੀਲਡ ਅਗੇਂਸਟ ਚਾਈਨਾ, ਪੂਤਿਨ ਇਜ਼ ਦਾ ਓਨਲੀ ਵਰਲਡ ਲੀਡਰ ਦੈਟ ਪ੍ਰੈਜੀਡੈਂਟ ਸ਼ੀ ਵਿਲ ਕੇਅਰ ਟੂ ਲਿਸਨ ਟੂ, ਕਿ ਜੇ ਚਾਈਨੀਜ਼ ਪ੍ਰੈਜੀਡੈਂਟ ਕਿਸੇ ਦੀ ਗੱਲ ਸੁਣੇਗਾ ਤਾਂ ਉਹ ਪੂਤਿਨ ਦੀ ਹੈ। ਪੂਤਿਨ ਹੈਲਪਡ ਮੋਦੀ ਟਵਾਈਸ ਆਫਟਰ 2017 ਡੋਕਲਾਮ ਕ੍ਰਾਈਸਿਸ, ਮੋਦੀ ਵਾਜ ਵਰਿਡ ਦੈਟ ਐਸਕੇਲੇਸ਼ਨ ਵਿਦ ਚਾਈਨਾ ਵੁੱਡ ਜੈਪਰਡਾਈਜ਼ 2019 ਜਨਰਲ ਇਲੈਕਸ਼ਨਸ, ਸੋ ਮੋਦੀ ਸੌਟ 2018 ਵੁਹਾਨ ਸਮਿਟ ਫਾਰ ਪੀਸ ਵਿਦ ਸ਼ੀ ਐਂਡ ਵਿਦ ਇਨ ਏ ਵੀਕ ਹੈਡ ਸੋਚੀ ਸਮਿਟ ਵਿਦ ਪੁਤਿਨ ਸਿੰਸ ਮੋਦੀ ਵਾਂਟਡ ਹਿਮ ਟੂ ਬੀ ਗਰੰਟਰ ਇਨ ਦਾ ਪੀਸ। ਉਹਨਾਂ ਨੇ ਕਿਹਾ ਜਿਹੜੀ ਵੁਹਾਨ ਸਮਿਟ ਵੀ ਹੋਈ ਇਹ ਰਸ਼ੀਆ ਨੂੰ ਇਹਨਾਂ ਨੇ ਕਿਹਾ ਕਿ ਜੀ 2019 ਦੀਆਂ ਚੋਣਾਂ ਆ ਗਈਆਂ, ਕੁੱਟ ਪੈ ਰਹੀ ਹੈ ਔਰ ਇਸ ਨੂੰ ਤੁਸੀਂ ਕਰੋ, ਔਰ ਇਹ ਇਹਦੇ 'ਚੋਂ ਹੀ ਮੋਦੀ ਨੂੰ ਜਿਹੜਾ ਉਹ ਥੋੜ੍ਹੀ ਜਿਹੜੀ ਹੈ ਉਹ ਸਕੂਨ ਮਿਲਿਆ। ਮੋਰ ਓਵਰ ਆਫਟਰ ਜੂਨ 2020 ਗਲਵਾਨ ਕਿਲਿੰਗਸ, ਮਾਸਕੋ ਗੋਟ ਇੰਡੀਆ ਐਂਡ ਚਾਈਨਾ ਟੂ ਸਾਈਨ ਸਪਟੈਂਬਰ 10th 2020 ਜੁਆਇੰਟ ਸਟੇਟਮੈਂਟ ਫਾਰ ਪੀਸ। ਇੰਡੀਆ ਦਾ ਵੀ ਉੱਥੇ ਗਿਆ ਐਸ ਜੈਸ਼ੰਕਰ ਮਾਸਕੋ, ਚਾਈਨੀਜ਼ ਫੋਰਨ ਮਿਨਿਸਟਰ ਵੀ। ਸੋ ਚਾਈਨਾ ਦੇ ਉੱਤੇ ਵੀ ਜੇ ਲੀਵਰੇਜ ਹੈ ਤਾਂ ਉਹ ਰਸ਼ੀਆ ਨੂੰ ਹੈ। ਔਰ ਨੈਕਸਟ ਮੋਦੀ ਇੰਡੀਆ ਵਾਂਟਸ ਟੂ ਰਿਮੇਨ ਇਨ ਬ੍ਰਿਕਸ ਵਿਦਆਊਟ ਨੋਰਮਲਾਈਜ਼ਿੰਗ ਟਾਈਜ਼ ਵਿਦ ਚਾਈਨਾ, ਪੁਤਿਨ ਕੈਨ ਡੂ। ਹੁਣ ਬ੍ਰਿਕਸ ਜਿਹੜਾ ਉਹ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਆਲਰੇਡੀ ਬ੍ਰਿਕਸ ਨੂੰ ਐਕਸਪੈਂਡ ਕਰ ਰਿਹਾ ਚਾਈਨਾ, ਔਰ ਕਿਉਂਕਿ ਜੇ ਚਾਈਨਾ ਦੇ ਨਾਲ ਇਹਨਾਂ ਦੇ ਸਾਵਰ ਰਿਲੇਸ਼ਨਸ਼ਿਪ ਹੈ ਤਾਂ ਚਾਈਨਾ ਕਿੱਕ ਆਊਟ ਵੀ ਇਹਨਾਂ ਨੂੰ ਕਰ ਸਕਦਾ ਕਿ ਭਾਈ ਤੁਸੀਂ ਇਵੇਂ ਕਰ ਰਹੇ ਹੋ। ਸੋ ਕੁੱਲ ਮਿਲਾ ਕੇ ਇਹ ਵੈਰੀ ਇੰਟਰਸਟਿੰਗ ਕਿ ਵੀ ਅਲਟੀਮੇਟਲੀ ਲੌਟ ਕੇ ਬੁੱਧੂ ਘਰ ਕੋ ਆਏ, ਰਸ਼ੀਆ ਵਾਲੇ ਤਾਂ ਇਹੀ ਕਹਿੰਦੇ ਹੋਣੇ ਨੇ ਕਿ ਭਾਈ ਤੁਹਾਡੀ ਥਾਂ ਇਹੀ ਹੈ, ਪਰ ਅਸੀਂ ਇਹਨੂੰ ਦਿਲਚਸਪੀ ਦੇ ਨਾਲ ਦੇਖ ਰਹੇ ਹਾਂ ਕਿ ਭਾਈ ਇੱਕਦਮ ਜਿਹੜਾ ਭਾਰਤ ਦਾ ਰਸ਼ੀਆ ਵੱਲ ਫਿਰ ਝੁਕਾ ਹੈ ਇਹ ਅਲਟੀਮੇਟ ਸਾਨੂੰ ਤਾਂ ਸੂਟ ਕਰਦਾ ਸਾਡੇ ਲਈ, ਕਿਉਂਕਿ ਅਮੈਰੀਕਨ ਸਾਡੇ ਤਾਂ ਰਸ਼ੀਆ ਨਾਲ ਅਸੀਂ ਆਪਣੇ ਅਕਾਊਂਟ ਸੈਟਲ ਕਰਨੇ ਨੇ ਔਰ ਇਸ ਲਈ ਸਾਡਾ ਇੱਕ ਵੱਖਰਾ ਨਜ਼ਰੀਆ ਹੈ। ਪਰ ਇਹ ਦੱਸ ਰਿਹਾ ਹੈ ਕਿ ਜਿੰਨੀ ਐਲੀਨੇਸ਼ਨ ਅਮਰੀਕਾ ਤੋਂ ਭਾਰਤ ਦੀ ਹੋਏਗੀ ਉਨਾ ਅਮਰੀਕਾ ਲਈ ਉਸ ਖਿੱਤੇ ਦੇ ਵਿੱਚ ਸਿੱਖ ਫੈਕਟਰ ਦੀ ਇੰਪੋਰਟੈਂਸ, ਪਾਕਿਸਤਾਨ ਦੀ ਇੰਪੋਰਟੈਂਸ, ਔਰ ਜੇ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਦੀ ਗੱਲ ਮੰਨ ਲਈਏ ਕਿ ਉਹ ਇੰਡੀਆ, ਮਿਆਂਮਾਰ
ਔਰ ਬੰਗਲਾਦੇਸ਼ ਦੀ ਟੈਰੀਟਰੀ 'ਚੋਂ ਇੱਕ ਕ੍ਰਿਸਚਨ ਮੁਲਕ ਬਣਾਉਣਾ ਚਾਹੁੰਦਾ ਉਹ ਈਸਟ ਦੇ ਵਿੱਚ ਅਤੇ ਇੱਧਰ ਵੈਸਟ 'ਤੇ ਨਿਊਕਲੀਅਰ ਪਾਵਰ ਦੇ ਵਿਚਕਾਰ ਚਾਈਨਾ ਪਾਕਿਸਤਾਨ ਔਰ ਇੰਡੀਆ ਇੱਕ ਬਫਰ ਸਟੇਟ ਇਹ ਅਲਟੀਮੇਟਲੀ ਗੱਲ ਉਸ ਪਾਸੇ ਵੱਲ ਜਾ ਰਹੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਬਾਅਦ।